ਸਰਵੋਏ ਕਿ ਮਮੀ ਨੇ ਕਰਿਆ ਜੇ ਪਾ ਵਿਜੂ ਨੇ ਕਰਿਆ ਸੀਗੇ ਜਦੋਂ ਉਹਨਾਂ ਨੇ 5:30 ਵਜੇ ਆ ਕੇ ਇੱਕਦਮ ਉਹਨਾਂ ਨੇ ਤਲਵਾਰਾਂ ਦਾ ਤਰਾ ਨਾਲ ਸਾਡੇ ਘਰ ਦਾ ਸਾਰਾ 게ਟ ਵੜਤਾ ਜੀ ਫਿਰ ਇੱਕਦਮ ਜਿੱਦਾਂ ਮਮੀ ਉਹਨਾਂ ਨੂੰ ਉਹਨਾਂ ਨੇ ਮਤਲਬ ਹੀ ਉਹਨਾਂ ਦੇ ਗਾਲ ਪੈਣ ਨੂੰ ਕੀਤਾ ਤੇ ਮਮੀ ਉਹਨਾਂ ਨੇ ਭੱਜ ਕੇ ਅੰਦਰ ਵੜ ਕੇ ਆਪਣੇ ਦੂਜੇ ਦਰਵਾਜ਼ੇ ਲਾ ਕੇ ਤੇ ਆਪਣੀ ਜਾਨ ਮਤਲਬ ਉਹਨਾਂ ਨੇ ਬਚਾਈ ਆ ਜੀ ਮਤਲਬ ਇਹ ਪੰਚਾਇਤ ਸੱਦ ਕੇ ਤੇ ਜਿਹੜਾ ਇਹ ਵਿੱਚ ਰਾਜੀਨਾਮਾ ਸਾਨੂੰ ਕਰਨ ਵਾਸਤੇ ਕਿਹਾ ਪਰ ਉਹ ਰਾਜੀਨਾਮੇ ਦੇ ਵਿੱਚ ਦੇਖੋ ਜੀ ਸਾਨੂੰ ਕੋਈ ਸਾਨੂੰ ਨਿਆਬ ਮਿਲਣ ਵਾਲੀ ਕੋਈ ਉਮੀਦ ਨਹੀਂ ਸੀ ਇਸ ਕਰਕੇ ਅਸੀਂ ਉਹ ਰਾਜੀਨਾਮਾ ਨਹੀਂ ਕੀਤਾ ਨਾ ਮਤਲਬ ਪੁਲਿਸ ਨੇ ਕੋਈ ਅੱਗੇ ਆ ਕੇ ਕੋਈ ਇੱਥੇ ਕਾਰਵਾਈ ਕੀਤੀ ਆ ਸਾਡੀ ਕੋਈ ਕਾਰਵਾਈ ਨਹੀਂ ਹੋਈ ਸੀ ਇਸ ਤੋਂ ਬਾਅਦ ਉਹਨਾਂ ਜਾਂਦੇ ਹੋਏ ਲਲਕਾਰੇ ਦਿੱਤੇ ਵੀ ਅਸੀਂ ਗਲੋਟੀਆਂ ਹੁੰਨੇ ਆ ਅਸੀਂ ਆਪਣਾ ਨਾਮ ਉੱਚਾ ਕਰਨਾ ਤਾਂ ਕਿ ਐਸਓ ਨੇ ਖੁਦ ਮੌਕਾ ਵੇਖਿਆ ਗਿਆ ਵੀਡੀਓ ਬਣਾਈ ਗਈ ਤੇ ਪਰ ਸਾਡੀ ਕੋਈ ਨਹੀਂ ਅਜੇ ਤੱਕ ਸੁਣਵਾਈ ਹੋਈ ਤੁਸੀਂ ਦੇਖ ਰਹੇ ਹੋ ਜੀ ਅੰਬੇਦਕਰ ਮਿਸ਼ਨ نیوز ਚੈਨਲ ਹਿੰਮਤ ਸੱਚ ਦਿਖਾਉਣ ਦੀ ਲੋਈਆਂ ਦੇ ਪਿੰਡ ਗਦਾਈਪੁਰ ਦੇ ਵਾਸੀ ਮਨਜੀਤ ਸਿੰਘ ਨੇ ਕਿਹਾ ਕਿ ਮਿਤੀ 16 ਅਗਸਤ 2021 ਨੂੰ ਸ਼ਾਮ ਲਗਭਗ 6 ਵਜੇ ਉਹਨਾਂ ਦੇ ਗੁਆਂਢੀ ਅਤੇ ਰਿਸ਼ਤੇਦਾਰ ਗਗਨਦੀਪ ਸਿੰਘ ਨੇ ਕਈ ਵਿਅਕਤੀਆਂ ਨਾਲ ਲੈ ਕੇ ਉਹਨਾਂ ਦੇ ਘਰ ਹਮਲਾ ਕਰ ਦਿੱਤਾ ਜਿਸ ਦੀ ਸ਼ਿਕਾਇਤ ਉਸੇ ਵਕਤ ਉਸਦੇ ਪਿਤਾ ਬਲਵਿੰਦਰ ਸਿੰਘ ਨੇ ਪੁਲਿਸ ਸਥਾਨਾ ਲੋਈਆਂ ਵਿਖੇ ਲਿਖਤ ਰੂਪ ਵਿੱਚ ਦਿੱਤੀ ਸੀ ਉਸੇ ਵਕਤ ਲੋਈਆਂ थाना ਮੁਖੀ ਬਲਵਿੰਦਰ ਸਿੰਘ ਭੁੱਲਰ ਉਹਨਾਂ ਦੇ ਘਰ ਮੌਕਾ ਦੇਖਣ ਵੀ ਗਏ ਮੌਕਾ ਵਾਰਦਾਰ ਤੇ ਲੋਹੇ ਦੇ ਗੇਟ ਦੀ ਮੋਟੀ ਚੱਦਰ ਤੇਜ਼ ਧਾਰ ਦਾ ਹਥਿਆਰਾਂ ਨਾਲ ਜਗ੍ਹਾ ਜਗ੍ਹਾ ਤੋਂ ਕੱਟੀ ਵੱਡੀ ਪਾਈ ਗਈ ਮਨਜੀਤ ਸਿੰਘ ਨੇ ਦੱਸਿਆ ਕਿ ਥਮਲਾਵਰ ਨੇ ਆਪਣੇ ਕਈ ਸਾਥੀਆਂ ਨਾਲ ਸਾਨੂੰ ਜਾਨੋਂ ਮਾਰਨ ਲਈ ਤੇਜ਼ ਧਾਰ ਦਾ ਹਥਿਆਰਾਂ ਨਾਲ ਹਮਲਾ ਕੀਤਾ ਸੀ ਉਸ ਵਕਤ ਘਰ ਵਿੱਚ ਔਰਤਾਂ ਹੀ ਸਨ ਜਿਨ੍ਹਾਂ ਨੇ ਕਮਰੇ ਨੂੰ ਅੰਦਰੋਂ ਲੋਕ ਕਰਕੇ ਆਪਣੀ ਜਾਨ ਬਚਾਈ ਨਹੀਂ ਤਾਂ ਬਹੁਤ ਵੱਡੀ ਅਨਸਖਾਂ ਵੀ ਘਟਨਾ ਵਾਪਰ ਸਕਦੀ ਸੀ ਇਹ ਘਟਨਾ ਮਿਤੀ 16 ਅਗਸਤ 2021 ਨੂੰ ਵਾਪਰੀ ਸੀ ਇਸ ਘਟਨਾ ਦੇ ਵਾਪਰਨ ਦੇ ਲਗਭਗ 2 ਹਫ਼ਤੇ ਬੀਤ ਜਾਣ ਬਾਅਦ ਵੀ ਜਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਮਨਜੀਤ ਸਿੰਘ ਨੇ ਆਪਣਾ ਦੁੱਖ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਦੇ ਨਾਲ ਸਾਂਝਾ ਕੀਤਾ ਆਓ ਦੇਖਦੇ ਹਾਂ ਸਾਡੇ ਪੱਤਰਕਾਰ ਅਮਰਪ੍ਰੀਤ ਸਿੰਘ ਦੁਆਰਾ ਮਨਜੀਤ ਸਿੰਘ ਨਾਲ ਕੀਤੀ ਗਈ ਗੱਲਬਾਤ ਦੇ ਕੁਝ ਵਿਸ਼ੇਸ਼ ਅੰਸ਼ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਅਮਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਇਸ ਸਮੇਂ ਮੈਂ ਲੋਹਿਆ ਖਾਸ ਸਟੇਸ਼ਨ ਤੋਂ ਗੱਲ ਕਰ ਰਿਹਾ ਜੋ ਜ਼ਿਲ੍ਹਾ ਜਲ 1:10 ਹੋ ਚੁੱਕਿਆ ਤੇ ਅੱਜ 30 ਅਗਸਤ 2021 ਤਰੀਕ ਹੈ ਸੋ ਦੋਸਤੋ ਖਬਰ ਦੇ ਸ਼ੁਰੂਆਤ ਦੇ ਵਿੱਚ ਤੁਸੀਂ ਤਸਵੀਰਾਂ ਦੇ ਰਾਹੀਂ ਪੂਰੀ ਘਟਨਾ ਨੂੰ ਦੇਖ ਚੁੱਕੇ ਹੋ ਸੋ ਇਸ ਤੋਂ ਬਾਅਦ ਜੋ ਵੀ ਘਟਨਾ ਹੈ ਵਾਪਰੀ ਸੀ ਉਸ ਘਟਨਾ ਜੋ ਦਾ ਜੋ ਪੀੜਤ ਪਰਿਵਾਰ ਸੀ ਜਿਸ ਤੇ ਘਟਨਾ ਸਾਰੀ ਵਾਪਰੀ ਸੀ ਉਹ ਸਾਡੇ ਦਰਮਿਆਨ ਹਾਜ਼ਰ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਨੂੰ ਆਪਣਾ ਨਾਮ ਆਪਣੇ ਪਿੰਡ ਬਾਰੇ ਦੱਸੋ ਮੇਰਾ ਨਾਮ ਮਨਜੀਤ ਸਿੰਘ ਆਈ ਡੈਡੀ ਉਹਨਾਂ ਦਾ ਨਾਮ ਮੈਂ ਕਹੇ ਬਲਵਿੰਦਰ ਸਿੰਘ ਪਿੰਡ ਕਦਾਈਪੁਰਾ ਜੀ ਜ਼ਿਲ੍ਹਾ ਜਲੰਧਰ ਤਹਿਸੀਲ ਸ਼ਾਗੁਰਾ ਡਾਕਾ ਨਾ ਪੁਨੀਆ ਦਾ ਰਹਿਣ ਵਾਲਾ ਜੀ ਜੀ ਤੇ ਇਸ ਘਟਨਾ ਬਾਰੇ ਸਾਨੂੰ ਇੱਕ ਵਾਰ ਫਿਰ ਤੋਂ ਦੱਸੋ ਕਿਉਂਕਿ ਤਸਵੀਰਾਂ ਰਾਈ ਸਾਰੇ ਦਰਸ਼ਕਾਂ ਨੇ ਇਸ ਨੂੰ ਦੇਖ ਹੀ ਲਿਆ ਕਿ ਕਿਵੇਂ ਗੇਟ ਦਾ ਕੀ ਹਾਲ ਆ ਫਿਰ ਵੀ ਸਾਰੀ ਘਟਨਾ ਨੂੰ ਤੁਸੀਂ ਇੱਕ ਵਾਰ ਜ਼ਰੂਰ ਸਾਡੇ ਨਾਲ ਸਾਂਝੀ ਕਰੋ ਦੇਖੋ ਜੀ ਮੇਰੇ ਨਾਲ ਸਾਡਾ ਗਵਾਂਡੀ ਹੈ ਗगनਦੀਪ ਸਿੰਘ ਉਹਦੇ ਨਾਲ ਮੁੰਡੇ ਸੀਗੇ ਸਮੈਲਪੁਰ ਤੋਂ ਸ਼ਰਨਦੀਪ ਗੋਪੀ ਭੂਕੀ ਵਾਲੀਆ ਨਿਸ਼ਾਨ ਬਣ ਤੋ ਤੇ ਹੋਰ ਸੀਗੇ ਤੇ ਬਾਕੀ 20 ਮੁੰਡੇ ਜਿਹੜੇ ਅਣਪਛਾਤੇ ਨਾਲ ਸੀ ਉਹਨਾਂ ਦੇ ਤਕਰੀਬਨ 5:30 ਵਜੇ ਦੀ ਗੱਲ ਆ ਜੀ ਉਹ ਅਸੀਂ ਕਿਸੇ ਆਪਣੇ ਘਰੇਲੂ ਮਸਲੇ ਦੇ ਵਿੱਚ ਬਾਹਰ ਗਏ ਸੀ ਸਾਰੇ ਜਾਣੇ ਆਪਣੇ ਸਿਰਫ ਮੰਮੀ ਹੀ ਨੇ ਘਰੇ ਸੀ ਭਾਬੀ ਜੀ ਨੇ ਘਰੇ ਸੀਗੇ ਜਦੋਂ ਉਹਨਾਂ ਨੇ 5:30 ਵਜੇ ਆ ਕੇ ਇੱਕ ਦਮ ਉਹਨਾਂ ਨੇ ਤਲਵਾਰਾਂ ਦਾ ਤਰਾ ਨਾਲ ਸਾਡੇ ਘਰ ਦਾ ਸਾਰਾ ਗੇਟ ਵੜਤਾ ਜੀ ਤੇ ਲਲਕਾਰੇ ਮਾਰੇ ਤੇ ਗਾਲੀ-ਗਲੋਚਾਂ ਮਤਲਬ ਵੀ ਉਹਨਾਂ ਨੇ ਦਿੱਤੀਆਂ ਇਹ ਸਾਰੀਆਂ ਜੀ ਤੇ ਇਹ ਜੋ ਵੀ ਇਦਾਂ ਹੋਇਆ ਵਾ ਇਸ ਦੇ ਪਿੱਛੇ ਤੁਹਾਨੂੰ ਕੀ ਕਾਰਨ ਲੱਗਦਾ ਸਾਨੂੰ ਜੀ ਇਹਦੇ ਵਿੱਚ ਦੇਖੋ ਜੀ ਕੁਝ ਨਹੀਂ ਇਹ ਤੇ ਕਦਮੀ ਕੋਈ ਸਾਨੂੰ ਇਸ ਵਿੱਚ ਕੋਈ ਪਤਾ ਨਹੀਂ ਲੱਗਾ ਜੀ ਕੀ ਕਾਰਨ ਹੋਇਆ ਕੀ ਨਹੀਂ ਹੋਇਆ ਉਹਦੇ ਹੁਣ ਕੋਈ ਅੱਗੇ ਪੁਲਿਸ ਹੀ ਕਾਰਵਾਈ ਕਰੂਗੀ ਜੀ ਇੱਕਦਮ ਇੰਨੇ ਮੁੰਡੇ ਨਾਲ ਲੈ ਕੇ ਸਾਡਾ ਗੇਟ ਵੱਡਿਆ ਨਾ ਸਾਨੂੰ ਕਿਸੇ ਗੱਲ ਦਾ ਕੋਈ ਸਾਡੀ ਰੰਜਿਸ਼ ਨਹੀਂ ਸੀ ਕੋਈ ਝਗੜਾ ਨਹੀਂ ਸੀ ਕੋਸ਼ਵਨੀ ਨਹੀਂ ਸੀ ਗਾਈ ਜੀ ਸੋ ਤਲਵਾਰਾਂ ਨਾਲ ਜਿਵੇਂ ਤੁਸੀਂ ਦੱਸ ਰਹੇ ਹੋ ਹਮਲਾ ਹੋਇਆ ਉਸ ਵਿੱਚ ਕੋਈ ਪਰਿਵਾਰਕ ਮੈਂਬਰ ਵੀ ਜ਼ਖਮੀ ਹੋਇਆ ਸੀ ਨਹੀਂ ਜੀ ਪਰਿਵਾਰਕ ਮੈਂਬਰ ਜਖਮੀ ਨਹੀਂ ਕੋਈ ਹੋਇਆ ਜੀ ਮੰਮੀ ਉਹਨੇ ਭਾਬੀ ਜੀ ਨੇ ਕਰੇ ਜਦੋਂ ਉਹਨਾਂ ਨੇ ਤਲਵਾਰਾ ਮਤਲਬੀ ਤੇ ਦਾਤਰ ਮਾਰਿਆ ਗੇਟ ਦੇ ਵਿੱਚ ਪਹਿਲਾਂ ਤੇ ਮੰਮੀ ਉਹਨਾਂ ਨੇ ਜਾ ਕੇ ਉਹਨਾਂ ਗਾੜੀ ਹੱਥ ਜੋੜੇ ਵੀ ਇਹ ਸਭ ਕੁਝ ਨਾ ਕਰੋ ਪਰ ਉਹ ਫਿਰ ਇੱਕਦਮ ਜਿੱਦਾਂ ਮੰਮੀ ਉਹਨਾਂ ਨੂੰ ਉਹਨਾਂ ਨੇ ਮਤਲਬੀ ਉਹਨਾਂ ਦੇ ਗਾਲ ਪੈਣ ਨੂੰ ਕੀਤਾ ਤੇ ਮੰਮੀ ਉਹਨਾਂ ਨੇ ਭੱਜ ਕੇ ਅੰਦਰ ਵੜ ਕੇ ਆਪਣੇ ਦੂਜੇ ਦਰਵਾਜ਼ੇ ਲਾ ਕੇ ਤੇ ਆਪਣੀ ਜਾਨ ਮਤਲਬੀ ਉਹਨਾਂ ਨੇ ਬਚਾਈ ਹੈ ਜੀ ਜੀ ਸੋ ਦੋਸਤੋ ਜਿਵੇਂ ਤੁਸੀਂ ਇਹਨਾਂ ਦੀ ਜ਼ੁਬਾਨੀ ਸੁਣਿਆ ਕਿ ਤਲਵਾਰਾਂ ਦੇ ਹਥਿਆਰਾਂ ਦੇ ਨਾਲ ਇਹਨਾਂ ਦੇ ਘਰ ਦੇ ਉੱਤੇ ਤਕਰੀਬਨ ਸ਼ਾਮ ਨੂੰ ਸੋਲਾ 8 2021 ਨੂੰ ਇਹ ਹਮਲਾ ਹੋਇਆ ਸੀ ਇਸ ਦੇ ਬਾਰੇ ਤੁਸੀਂ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਹੋਏਗੀ ਹਾਂਜੀ ਅਸੀਂ ਉਸ ਟਾਈਮ ਹੀ ਜਦੋਂ ਅਸੀਂ ਬਾਹਰ ਗਏ ਸੀ ਖੇਲੂ ਕੰਮ ਵਾਸਤੇ ਤੇ ਸਾਨੂੰ ਮਗਰੋਂ ਫੋਨ ਕਰਤਾ ਕਿ ਆਹ ਮੁੰਡਿਆਂ ਨੇ ਆ ਕੇ ਆਪਣੇ ਦਰਵਾਜ਼ੇ ਦੇ ਮਤਲਬ ਕਿਰਪਾਣਾ ਤੇ ਦਾਤਰ ਮਾਰੇ ਆ ਜੀ ਉਸ ਤੋਂ ਬਾਅਦ ਅਸੀਂ ਡਾਇਰੈਕਟ ਹੀ ਲੋਈਆਂ ઠાਣੇ ਦੇ ਵਿੱਚ ਅਸੀਂ ਆਪਣੀ ਜਿਹੜੀ ਦਰਖਾਸਤ ਆ ਉਹ ਦਿੱਤੀ ਆ ਫਿਰ ਅਸੀਂ ਐਸਐਚਓ ਸਾਹਿਬ ਜੀ ਨੂੰ ਕਿਹਾ ਜੋ ਬਲਵਿੰਦਰ ਸਿੰਘ ਭੁੱਲਰ ਜੀ ਆ ਉਹਨਾਂ ਨੂੰ ਅਸੀਂ ਕਿਹਾ ਕਿ ਸਾਡੇ ਨਾਲ ਵੀ ਆ ਸਾਡਾ ਵਾਕਾ ਹੋਇਆ ਸਾਡੇ ਨਾਲ ਉੱਥੇ ਜਾਣ ਦਾ ਸਾਨੂੰ ਡਰ ਆ ਉਹ ਸਾਡੇ ਨਾਲ ਜੀ ਉਸੇ ਟਾਈਮ ਸਾਡੇ ਨਾਲ ਗਏ ਆ ਗੱਡੀ ਦੇ ਵਿੱਚ ਉਹਨਾਂ ਤਕਰੀਬਨ ਰਾਤ ਸਾਢੇ ਘਟ ਹੋਏ ਦਾ ਟਾਈਮ ਆ ਜੀ ਉਹਨਾਂ ਨੇ ਜਾ ਕੇ ਮੌਕਾ ਦੇਖ ਕੇ ਮਤਲਬ ਵੀ ਸਾਰੀ ਜੋ ਵੀ ਪੁੱਛ ਗਿਆ ਚਾ ਮਤਲਬ ਇਹਨਾਂ ਨੇ ਵੀ ਅੱਗੇ ਕੀਤੀ ਆ ਜੀ ਇਸ ਬੰਧ ਦੇ ਵਿੱਚ ਕੋਈ ਪੁਲਿਸ ਵੱਲੋਂ ਅੱਗੇ ਕਾਰਵਾਈ ਕੀਤੀ ਗਈ ਹੈ ਕੋਈ ਗ੍ਰਿਫਤਾਰੀ ਹੋਈ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਪੁੱਛਗਿੱਛ ਹੋਈ ਹੈ ਨਹੀਂ ਜੀ ਦੇਖੋ ਜਿੱਦਨ ਰਾਤ ਇਹ ਵਾਕਾ ਹੋਇਆ ਜੀ ਉਸ ਤੋਂ ਉਸ ਦਿਨ ਉਹਨਾਂ ਨੇ ਸਾਡੇ ਪਿੰਡ ਦੇ ਸਮਾਲਪੁਰ ਮਹਿੰਦਰ ਸਿੰਘ ਨੰਬਰਦਾਰ ਵੀ ਆ ਸਰਪੰਚ ਵੀ ਆ ਮੌਜੂਦਾ ਉਹਨਾਂ ਨੂੰ ਕਿਹਾ ਸੀ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਮਤਲਬ ਵੀ ਇਹਨਾਂ ਨੂੰ ਪੇਸ਼ ਕਰੋ ਤਕਰੀਬਨ ਚਲੋ ਉਹਨਾਂ ਨੂੰ ਕੋਈ ਆਪ ਦਾ ਘਰੇਲੂ ਕੰਮ ਪੈਣ ਕਰਕੇ ਉਹਨਾਂ ਨੇ ਨਹੀਂ ਪੇਸ਼ ਆ ਫਿਰ ਉਹਨਾਂ ਨੇ ਚਾਮੀ ਇੱਕ ਮਤਲਬ ਇਹ ਵੀ ਪੰਚਾਇਤ ਸੱਦ ਕੇ ਤੇ ਜਿਹੜਾ ਵਿੱਚ ਰਾਜੀਨਾਮਾ ਸਾਨੂੰ ਕਰਨ ਵਾਸਤੇ ਕਿਹਾ ਪਰ ਉਹ ਰਾਜੀਨਾਮੇ ਦੇ ਵਿੱਚ ਦੇਖੋ ਜੀ ਸਾਨੂੰ ਕੋਈ ਸਾਨੂੰ ਨਿਆਬ ਮਿਲਣ ਵਾਲੀ ਕੋਈ ਉਮੀਦ ਨਹੀਂ ਸੀ ਇਸ ਕਰਕੇ ਅਸੀਂ ਉਹ ਰਾਜੀਨਾਮਾ ਨਹੀਂ ਕੀਤਾ ਤੇ ਉਸ ਤੋਂ ਬਾਅਦ ਫਿਰ ਅਸੀਂ ਮਤਲਬ ਵੀ ਉਹਨਾਂ ਨੇ ਸਰਪੰਚ ਸਾਹਿਬ ਨੇ ਮਿੰਦਰ ਨੇ ਪੁਲਿਸ ਨੂੰ ਐਸਐਚਓ ਨੂੰ ਕਹਤਾ ਸੀ ਸਾਡਾ ਕੋਈ ਰਾਜੀਨਾਵਾ ਨਹੀਂ ਬੰਦੇ ਤੁਸੀਂ ਤੁਹਾਡੇ ਪੇਚ ਹੋਣਗੇ ਤੁਸੀਂ ਬੰਦੇ ਆਪਦੇ ਆ ਕੇ ਲੈ ਜਾਓ ਨਾ ਉੱਥੇ ਬੰਦੇ ਪਹੁੰਚੇ ਆ ਜੀ ਨਾ ਮਤਲਬ ਇਹ ਪੁਲਿਸ ਨੇ ਕੋਈ ਅੱਗੇ ਆ ਕੇ ਕੋਈ ਇੱਥੇ ਕਾਰਵਾਈ ਕੀਤੀ ਆ ਸਾਡੀ ਕੋਈ ਕਾਰਵਾਈ ਨਹੀਂ ਹੋਈ ਸੀ ਇਸ ਤੋਂ ਬਾਅਦ ਜੀ ਇਸ ਤੋਂ ਬਾਅਦ ਜਿਵੇਂ ਇਹ ਇਹ ਘਟਨਾ ਜਿਹੜੀ ਸੀ 16 8 2021 ਨੂੰ ਹੋਈ ਹਾਂਜੀ ਤੇ ਅੱਜ 30 8 2022 30 30 ਤਰੀਕ ਹੋ ਚੁੱਕੀ ਆ ਲਗਭਗ 2 ਹਫ਼ਤੇ ਇਸ ਗੱਲ ਨੂੰ ਪੈ ਚੁੱਕੇ ਆ ਹਾਂਜੀ ਸਰ ਤੇ ਇਸ ਦੇ ਵਿੱਚ ਪੁਲਿਸ ਵੱਲੋਂ ਜਦੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਤੁਸੀਂ ਵੀ ਥਾਣੇ ਸੰਪਰਕ ਕੀਤਾ ਹੋਵੇਗਾ ਤੇ ਉਸ ਬਾਰੇ ਤੁਹਾਡੇ ਵੱਲੋਂ ਜੋ ਥਾਣੇ ਨਾਲ ਤੁਹਾਡਾ ਸੰਪਰਕ ਹੋਇਆ ਤਾਂ ਉਸ ਸਮੇਂ ਕਿਸੇ ਨੇ ਕੋਈ ਗੱਲ ਤੁਹਾਨੂੰ ਕੀਤੀ ਹੈ ਕਿ ਅਸੀਂ ਕੋਈ ਇਨਕੁਆਇਰੀ ਕਰਾਂਗੇ ਅੱਗੇ ਨੂੰ ਅਸੀਂ ਦੇਖਾਂਗੇ ਹਾਂਜੀ ਇਹ ਛੋਟੇ ਥਾਣੇਦਾਰ ਸੁਲਵਿੰਦਰ ਸਿੰਘ ਆਜੋ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਉਹ ਸਾਨੂੰ ਕਹਿੰਦੇ ਸੀ ਤੁਸੀਂ ਇੱਦਾਂ ਕਰੋ ਥਾਣੇ ਆਜੋ ਜਦੋਂ ਅਸੀਂ ਥਾਣੇ ਆਇਆ ਤੇ ਉਦੋਂ ਉਹ ਕਹਿੰਦੀ ਸਾਬ ਜੀ ਅਜੇ ਹੈ ਨਹੀਂਗੇ ਤੁਸੀਂ ਇੱਦਾਂ ਕਰੋ ਸ਼ਾਮ ਤੱਕ ਸਾਬ ਜੀ ਆ ਜਾਣਗੇ ਜਦੋਂ ਅਸੀਂ ਅਜੇ ਥਾਣੇ ਦੇ ਵਿੱਚ ਸੀ ਚਲੋ ਐਚਐਸ ਐਸਐਚਓ ਸਾਹਿਬ ਉਦੋਂ ਹੀ ਮੌਕੇ ਤੇ ਆ ਗਏ ਫਿਰ ਅਸੀਂ ਉਹਨਾਂ ਨਾਲ ਅੰਦਰ ਜਾ ਕੇ ਗੱਲਬਾਤ ਕੀਤੀ ਐਸਐਚਓ ਸਾਹਿਬ ਕਹਿੰਦੇ ਵੀ ਦੇਖੋ ਤੁਸੀਂ ਆਪਸ ਵਿੱਚ ਜਿੱਦਾਂ ਵੀ ਹੈਗਾ ਤੁਹਾਡਾ ਰਾਜੀ ਨਵਾਸੀ ਕਰਾਉਨੇ ਆ ਜੋ ਵੀ ਹੈਗਾ ਆ ਤੁਹਾਡਾ ਰਾਜੀ ਨਵਾ ਕਰਾ ਕੇ ਮਤਲਬ ਵੀ ਚਲੋ ਤੁਸੀਂ ਆਪਸ ਵਿੱਚ ਪਰਿਵਾਰ ਹੈਗੇ ਆ ਤੇ ਪਰ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਚਲੋ ਕੱਲ੍ਹ ਤੱਕ ਨਹੀਂ ਮੈਂ ਪਰਸੋਂ ਮਤਲਬ ਇਹ ਤੁਹਾਡਾ ਰਾਜੀ ਨਾ ਵਾ ਅਸੀਂ ਕਰੋਨੇ ਆ ਪਰਸੋਂ ਵੀ ਉਹਨਾਂ ਨੇ ਮਤਲਬ ਵੀ ਕੱਲ੍ਹ ਵੀ ਨੰਗਿਆ ਪਰਸੋਂ ਵੀ ਨੰਗਿਆ ਜੀ ਉਹਨਾਂ ਨੇ ਉੱਤੇ ਬਦਲ ਕੋਈ ਵੀ ਕਾਰਵਾਈ ਨਹੀਂ ਜੀ ਕੀਤੀ ਫਿਰ ਉਸ ਤੋਂ ਬਾਅਦ ਮੈਂ ਐਸ ਐਚ ਓ ਸਾਹਿਬ ਨੂੰ ਵੀ ਫੋਨ ਲਾਇਆ ਉਹ ਕਹਿੰਦੇ ਸਾਡੀ ਨਕੋਦਰ ਗਰਦਾਸ ਮਾਨ ਦੇ ਕਾਰਨ ਥੋੜੀ ਜੀ ਝਗੜੇ ਕਾਰਨ ਡਿਊਟੀ ਲੱਗੀ ਹੋਈ ਆ ਜਦੋਂ ਡਿਊਟੀ ਤੋਂ ਆਏ ਆ ਫਿਰ ਅਗਲੇ ਦਿਨ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਹਾਂ ਵੀ ਤੁਸੀਂ ਗਦਾਈਪੁਰ ਤੋਂ ਮੈਂ ਉਹਨਾਂ ਦੱਸਿਆ ਵੀ ਆ ਵਾਕਾ ਹੋਇਆ ਫਿਰ ਉਹ ਕਹਿੰਦੇ ਵੀ ਅਸੀਂ ਗਦਾਈਪੁਰ ਤੋਂ ਬੀਤਾ ਦਿ ਇਹ ਅਸੀਂ ਅੱਜ ਹੀ ਤੁਹਾਡਾ ਮਸਲਾ ਹੱਲ ਕਰਦੇ ਆਂ ਨੂਨਾ ਨੇ ਮਤਲਬ ਕੋਈ ਸਾਨੂੰ ਕੋਈ ਦੱਸਿਆ ਨਹੀਂ ਕੋਈ ਕੁਛ ਨਹੀਂ ਫਿਰ ਮੈਂ ਉਹਨਾਂ ਨੂੰ ਅਗਲੇ ਦਿਨ ਕਨੈਕਟ ਕੀਤਾ ਉਹਨਾਂ ਨਾਲ ਉਹ ਕਹਿੰਦੇ ਅੱਜ ਮੇਰੀ ਤਬੀਅਤ ਨਹੀਂ ਠੀਕ ਹੈਗੀ ਉਸ ਤੋਂ ਬਾਅਦ ਫਿਰ ਅਸੀਂ ਆਪਣੇ ਹਲਕਾ ਵਿਧਾਇਕ ਐਮ ਐਲ ਏ ਸਾਹਿਬ ਜੋ ਸ਼ੇਰੋ ਹਰਦੀਪ ਸਿੰਘ ਲਾਡੀ ਸ਼ੇਰੋ ਵਾਲੀ ਦੇ ਕੋਲ ਵੀ ਗਏ ਆ ਜੀ ਉਹਨਾਂ ਨੇ ਵੀ ਐਸ ਟੀ ਓ ਨੂੰ ਫੋਨ ਲਾਇਆ ਜੋ ਕਾਰਵਾਈ ਬੰਦੀ ਕਾਰਵਾਈ ਕੀਤੀ ਜਾਵੇ ਪਰ ਲੇਕਿਨ ਜੀ ਅੱਜ 3 ਦਿਨ ਹੋ ਚੁੱਕੇ ਆ ਕੋਈ ਕਾਰਵਾਈ ਨਹੀਂ ਸਾਡੀ ਸੁਣਵਾਈ ਨਹੀਂ ਹੋਈ ਜੀ ਜੀ ਸੋ ਦੋਸਤੋ ਜਿਵੇਂ ਇਹਨਾਂ ਨੇ ਦੱਸਿਆ ਕਿ ਇਹ ਘਟਨਾ ਜਿਹੜੀ ਸੀ 16 8 2021 ਨੂੰ ਹੋਈ ਸੀ ਅੱਜ ਲਗਭਗ ਇਸ ਨੂੰ 2 ਹਫ਼ਤੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਤੇ ਅੱਜ ਅਸੀਂ ਇਹਨਾਂ ਨਾਲ ਹੀ ਗੱਲਬਾਤ ਕਰਾਂਗੇ ਕਿ ਜਿਵੇਂ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਨੇ ਮੌਕੇਵਾਰ ਦਾ ਤੇ ਐਸ ਐਚਓ ਸਾਹਿਬ ਆਪ ਗਏ ਸੀਗੇ ਉਸ ਤੋਂ ਬਾਅਦ ਵੀ ਇਹਨਾਂ ਨੇ ਲਾਡੀ ਸ਼ੇਰੋ ਵਾਲੀਆ ਜੋ ਕਿ ਲੋਹੀਆ ਸ਼ਾਹਗੋੜ ਹਲਕਾ ਵਿਧਾਇਕ ਨੇ ਇੱਥੋਂ ਦੇ ਉਹਨਾਂ ਨਾਲ ਵੀ ਉਹਨਾਂ ਤੱਕ ਵੀ ਪਹੁੰਚ ਕੀਤੀ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਥਾਣੇ ਵੀ 2-4 ਵਾਰ ਉਸ ਤੋਂ ਬਾਅਦ ਵੀ ਚੱਕਰ ਗੱਟੇ ਆ ਇਹ ਵੜਾ ਸੀ ਪੁੱਛਾਂਗੇ ਕਿ ਇਹਨਾਂ ਦੀ ਪ੍ਰਸ਼ਾਸਨ ਸ਼ਾਸਨ ਪ੍ਰਸ਼ਾਸਨ ਤਾਂ ਕੀ ਮੰਗਾ ਸਾਡੀ ਇਹੋ ਹੀ ਮੰਗ ਆ ਜੀ ਦੇਖੋ ਜੀ ਜਦੋਂ ਅਸੀਂ ਕਿਸੇ ਕੰਮ ਵਾਸਤੇ ਜਦੋਂ ਅਸੀਂ ਘਰੋਂ ਜਾਂਦੇ ਆ ਜਦੋਂ ਅਸੀਂ ਘਰ ਦਾ ਗੇਟ ਦੇ ਦਿਆਂ ਤੇ ਸਾਨੂੰ ਇੱਕ ਡਰ ਪੈਦਾ ਹੁੰਦਾ ਆ ਜੀ ਕਿ ਸਾਡੇ ਇਕੱਲੇ ਮੰਮੀ ਭਾਬੀ ਹੋਣੇ ਬੱਚੇ ਛੋਟੇ ਛੋਟੇ ਆ ਜਦੋਂ ਅਸੀਂ ਆਪਦੇ ਕੰਮ ਵਾਸਤੇ ਜਾਂਦੇ ਆ ਤੇ ਸਾਨੂੰ ਇਹੋ ਹੀ ਹੁੰਦਾ ਵੀ ਪਤਾ ਨਹੀਂ ਸਾਡੇ ਉੱਪਰ ਕਦੋਂ ਹਮਲਾ ਹੋ ਜਾਣਾ ਹੈ ਤੇ ਦੇਖੋ ਯਾਲੀ ਉਮਰ ਦੇ ਵਿੱਚ ਡੈਡੀ ਜੀ ਹੁਣੇ ਆ ਜੋ ਆਪਣਾ ਆਪ ਲਈ ਫਿਰਦੇ ਆ ਮਤਲਬ ਵੀ ਸਾਨੂੰ ਹਰ ਟਾਈਮ ਇਹੋ ਹੀ ਡਰ ਰਹਿੰਦਾ ਆ ਜੀ ਕਿ ਸਾਡੇ ਦੇ ਉੱਪਰ ਕਦੇ ਵੀ ਕੰਮ ਕਰਦੇ ਆ ਜਾਂ ਕੋਈ ਵੀ ਹਮਲਾ ਜੇ ਤੇ ਅਸੀਂ ਤੇ ਉਹੀ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਜੀ ਸਾਡਾ ਜਿਹੜਾ ਨਿਆਂ ਨਿਆਂ ਕੀਤਾ ਜਾਵੇ ਜਲਦੀ ਤੋਂ ਜਲਦੀ ਜੀ ਸੋ ਦੋਸਤੋ ਇਸ ਵਿਸ਼ੇ ਦੇ ਵਿੱਚ ਅਸੀਂ ਹੁਣ SHO ਸਾਹਿਬ ਨਾਲ ਵੀ ਫੋਨ ਤੇ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਇਹ ਕਾਰਵਾਈ ਕਿੱਥੋਂ ਤੱਕ ਪਹੁੰਚੀ ਹੈ। SHO ਸਾਹਿਬ ਦਾ ਨੰਬਰ ਬਾਰ-ਬਾਰ ਬਿਜ਼ੀ ਆ ਰਿਹਾ ਵਾ ਤੇ ਅਸੀਂ ਜੋ ਤਫ਼ਤੀਸ਼ੀ ਅਫਸਰ ਸਲਵਿੰਦਰ ਸਿੰਘ ਉਹਨਾਂ ਨਾਲ ਵੀ ਫੋਨ ਤੇ ਗੱਲ ਕਰਾਂਗੇ ਤੇ ਜਾਣਾਂਗੇ ਉਹਨਾਂ ਤੋਂ ਕਿ ਇਹ ਮਾਮਲਾ ਕਿੱਥੋਂ ਤੱਕ ਪਹੁੰਚਿਆ ਹੈ। ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਲਵਿੰਦਰ ਸਿੰਘ ਜੀ ਗੱਲ ਕਰ ਰਹੇ ਹਾਂ ਜੀ ਸਰ ਹਾਂਜੀ 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 ਸਰ ਮੈਂ ਲੋਈਆਂ ਤੋਂ ਗੱਲ ਕਰ ਰਿਹਾ ਅਮਰਪ੍ਰੀਤ ਤੇ ਮੈਂ ਨਿਊਜ਼ ਚੈਨਲ ਤੋਂ ਗੱਲ ਕਰ ਰਿਹਾ ਪੱਤਰਕਾਰ ਅਮਰਪ੍ਰੀਤ ਤੇ ਸਰ ਤੁਹਾਡੇ ਕੋਲ ਇੱਕ ਮਸਲਾ ਲਗਭਗ ਦੋ ਹfte ਪਹਿਲਾਂ ਆਇਆ ਸੀ 16 8 2021 ਨੂੰ ਬਲਵਿੰਦਰ ਸਿੰਘ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਿੰਡ ਗਦਾਈਪੁਰ ਗਦਾਈਪੁਰ ਜਿਨ੍ਹਾਂ ਦੇ ਘਰ ਦੇ ਉੱਤੇ ਹਮਲਾ ਆਇਆ ਸੀ ਤੁਸੀਂ ਮੌਕੇ ਤੇ ਦੇਖਿਆ ਵੀ ਸੀ ਵੀ ਤਲਵਾਰਾਂ ਦੇ ਨਾਲ ਜਿਨ੍ਹਾਂ ਦੇ ਗੇਟ ਤੇ ਵੀ ਹਮਲਾ ਆਇਆ ਸੀਗਾ ਹਾਂ ਜੀ ਆਪਕੇ ਤੇ ਇਸ ਸਬੰਧ ਦੇ ਵਿੱਚ ਅਸੀਂ ਜਾਨਣਾ ਸੀਗਾ ਕਿ ਇਹਦੀ ਕਾਰਵਾਈ ਕਿੱਥੋਂ ਤੱਕ ਪਹੁੰਚੀ ਆ ਜੀ ਇਹਨਾਂ ਨਾਲ ਟਾਈਮ ਜਗਾ ਜੀ ਦੋ ਪਾਰਟੀ ਨੇ ਹਾਂ ਜੀ ਮੈਂ ਛੁੱਟੀ ਤੇ ਆਂ ਪਰ ਕਿਰ ਦਿੰਦੀ ਬਾਅਦ ਮੇਰਾ ਪ੍ਰੋਜੈਕਟ ਆ ਉਹਦੇ ਨਾਲ ਕੱਲ ਨੂੰ ਆਉਣਾ ਉਹਨੂੰ ਬੁਲਾ ਕੇ ਕਾਰਕਰਾਰ ਨਿਕਲਣਾ ਕਿੱਦਾਂ ਜੀ ਮੈਂ ਛੁੱਟੀ ਤੇ ਆਂ ਪਰ ਕਿਰ ਦਿੰਦੀ ਅੱਛਾ ਜੀ ਤੇ ਮੈਂ ਛੁੱਟੀ ਤੇ ਆ ਮੈਂ ਕੱਲ ਨੂੰ ਆਇਣਾ ਤੇ ਇਹ ਕੇਸ ਤੁਹਾਡੇ ਕੋਲ ਹੀ ਆ ਜੀ ਇਹ ਪਰ ਮੈਨੂੰ ਨਹੀਂ ਪਤਾ ਭਾਈ ਜਿਵੇਂ ਜੋ ਪੀੜਤ ਪਰਿਵਾਰ ਆ ਉਹਨਾਂ ਦੀ ਸ਼ਿਕਾਇਤ ਸੀਗੀ ਕਿ ਪੁਲਿਸ ਵੱਲੋਂ ਲਗਭਗ 2 ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਤੁਹਾਨੂੰ ਨਾਲ ਕਰ ਲਓ ਮੈਨੂੰ ਇਹਦੇ ਬਾਰੇ ਨਹੀਂ ਪਤਾ ਹੁਣ ਮੈਂ ਛੁੱਟੀ ਤੇ ਆ ਉਹਨਾਂ ਦੇ ਕਿਸ ਹਿਸਾਬ ਨਾਲ ਕਿਉਂ ਮਾਰ ਕਿਉਂ ਨਹੀਂ ਤਾਂ ਕੋਈ ਕਾਰਵਾਈ ਉਹਨਾਂ ਕਰ ਲਓ ਠੀਕ ਹੈ ਜੀ ਠੀਕ ਸੋ ਜਿਵੇਂ ਤੁਸੀਂ ਦੇਖਿਆ ਕਿ ਜੋ ਪੁਲਿਸ ਦਾ ਰਵਈਆ ਹੁੰਦਾ ਹੈ ਕਿ ਮੈਂ ਤਾਂ ਛੁੱਟੀ ਤੇ ਆਂ ਜੀ 5 ਦਿਨ ਤੋਂ ਤੇ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਵੀ ਹੋ ਸਕਦਾ ਐਸਐਚਓ ਸਾਹਿਬ ਨੂੰ ਪਤਾ ਹੋਵੇ ਤੇ ਉਹਨਾਂ ਨੇ ਕਰ ਲਓ ਗੱਲ ਤੇ ਚਲੋ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਦੇਖਾਂਗੇ ਕਿ ਇਹਨਾਂ ਨੂੰ ਇਹ ਮਸਲੇ ਬਾਰੇ ਇਹਨਾਂ ਨੂੰ ਕਿੰਨੀ ਕੀ ਜਾਣਕਾਰੀ ਹੈਗੀ ਆ ਜੋ ਇਹਨਾਂ ਦੇ ਥਾਣੇ ਦੇ ਅਧੀਨ ਹੋਇਆ ਸੋ ਫੋਨ ਲੱਗ ਗਿਆ ਹਲੋ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਐਸਐਚਓ ਸਾਹਿਬ ਗੱਲ ਕਰ ਰਹੇ ਜੀ ਬਲਵਿੰਦਰ ਸਿੰਘ ਜੀ ਨਹੀਂ ਜੀ ਨਹੀਂ ਉਹ ਕਿਧਰੇ ਗਏ ਤੁਸੀਂ ਕੌਣ ਜੀ ਮੈਂ ਪ੍ਰਗਟ ਸਿੰਘ ਬੋਲ ਰਿਹਾ ਐਸਐਸਏ ਅੱਛਾ ਪ੍ਰਗਟ ਸਿੰਘ ਜੀ ਮੈਂ ਪੱਤਰਕਾਰ ਅਮਰਪ੍ਰੀਤ ਗੱਲ ਕਰ ਰਿਹਾ ਜੀ ਲੋਹਿਆ ਤੋਂ ਨਿਊਜ਼ ਚੈਨਲ ਤੋਂ ਹਾਂਜੀ ਤੇ ਇੱਕ ਮਸਲਾ ਸੀਗਾ ਤੁਹਾਡੇ ਥਾਣੇ ਦੇ ਵਿੱਚ 16 8 2021 ਨੂੰ ਦਰਖਾਸਤ ਆਈ ਸੀ ਪਿੰਡ ਗਦਾਈਪੁਰ ਤੋਂ ਹਾਂਜੀ ਬਲਵਿੰਦਰ ਸਿੰਘ ਵੱਲੋਂ ਬਲਵਿੰਦਰ ਸਿੰਘ son of ਦਰਸ਼ਨ ਸਿੰਘ ਵੱਲੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਦੇ ਘਰ ਦੇ ਉੱਤੇ ਹਮਲਾ ਹੋਇਆ ਸੀਗਾ ਤੇ 3-4 ਹਥਿਆਰਾਂ ਦੇ ਨਾਲ ਕੁਝ ਲੜਕਿਆਂ ਨੇ ਉਹਨਾਂ ਦੇ ਦਰਸ਼ਨ ਸਿੰਘ ਪਿੰਡ ਗਦਾਈਪੁਰ ਹੂੰ ਫਿਰ ਤੇ ਇਸ ਬਾਰੇ ਹੀ ਜਾਣਣਾ ਸੀ ਲਗਭਗ 2 ਹਫ਼ਤੇ ਬੀਤ ਚੁੱਕੇ ਆ ਤੇ ਪੀੜਤ ਪਰਿਵਾਰ ਦੀ ਇਹ ਸ਼ਿਕਾਇਤ ਆ ਕਿ ਪੁਲਿਸ ਵੱਲੋਂ ਇਸ ਦੇ ਸਬੰਧ ਵਿੱਚ ਕੋਈ ਕਾਰਵਾਈ ਕੀਤੀ ਨਹੀਂ ਗਈ ਇਹ ਮੁੱਖੇ ਆਏ ਨੇ ਥਾਣੇ ਨਾਲ ਪਤਾ ਕੋਈ ਕੀਤਾ ਕੋਈ ਟਾਈਮ ਟੂ ਕੋਈ ਇਹਨਾਂ ਨੂੰ ਦੱਸਾ ਵੇਖੋ ਧੰਨਵਾਦ ਇਹਨਾਂ ਨੇ ਜਦੋਂ ਦੱਸਿਆ ਕਿ ਸਲਵਿੰਦਰ ਸਿੰਘ ਜੋ ਤਫ਼ਤੀਸ਼ੀ ਅਫਸਰ ਸੀਗੇ ਇਹਨਾਂ ਦੀ ਕੇਸ ਦੇ ਤੇ ਉਹਨਾਂ ਨਾਲ ਅਸੀਂ ਗੱਲ ਕੀਤੀ ਆ ਫੋਨ ਤੇ ਉਹ ਕਹਿੰਦੇ ਜੀ ਮੈਂ ਤਾਂ ਛੁੱਟੀ ਤੇ ਆ ਜੀ ਮੈਨੂੰ ਤਾਂ ਪਤਾ ਹੀ ਨਹੀਂ ਅਜੇ ਇਸ ਬਾਰੇ ਕੁਝ ਹਾਂਜੀ ਹਾਂਜੀ ਉਹਨਾਂ ਸਵੇਰੇ ਆਏ ਨਾ ਤੇ ਅੱਜ ਜਨਮਕੀ ਦੀਆਂ ਰੋਟੀਆਂ ਲਗੀਆਂ ਉਹਨੂੰ ਸਵੇਰੇ ਭੇਜਿਆ ਸਾਡੇ ਕੋਲ ਤੇ ਜਿਵੇਂ ਹੁਣ 2 ਹਫ਼ਤੇ ਬੀਤ ਚੁੱਕੇ ਆ ਤੇ ਇਹਨਾਂ ਨੂੰ ਇਹਨਾਂ ਦੀ ਕਾਰਵਾਈ ਅੱਗੇ ਕੋਈ ਵੀ ਨਹੀਂ ਹੋ ਪਾਰੀ ਤੇ ਮੈਂ ਨਾ ਹੁਣ ਵੇਖੋ ਹੁਣ ਉਹ ਗਏ ਨਹੀਂ ਛੁੱਟੀ ਜਦ ਮੈਂ ਕੀ ਕਦਮ ਉਹਨਾਂ ਦੱਸ ਦਵਾਂ ਹਾਂਜੀ ਦੂਗੇ ਨੇ ਉਹਨਾਂ ਆਇਣਾ ਵਾ ਸਵੇਰੇ ਨਾਲੇ ਆਈ ਸਾਡੀ ਜਰਮਾ ਜੂ ਦੀਆਂ ਟੁਕੀਆਂ ਡਟੀਆਂ ਲੱਗੀਆਂ ਨੇ ਇਸ ਬੰਦਾ ਕੁਝ ਨਹੀਂ ਆ ਤੁਸੀਂ ਸਵੇਰੇ ਇਹਨਾਂ ਨੂੰ ਭੇਜ ਦਿਓ ਬਾਅਦ ਵਿੱਚ ਤੁਹਾਨੂੰ ਮਜ਼ੀ ਆ ਜਾਣਾ ਠੀਕ ਹੈ ਜੀ ਠੀਕ ਓਕੇ ਜੀ ਠੀਕ ਹੈ ਜੀ ਠੀਕ ਸੋ ਦੋਸਤੋ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਫੋਨ ਮੈਂ ਕੀਤਾ ਸੀ ਐਸ ਐਚਓ ਬਲਵਿੰਦਰ ਸਿੰਘ ਭੁੱਲਰ ਨੂੰ ਤੇ ਉੱਥੇ ਮੌਕੇ ਤੇ ਉਹਨਾਂ ਦੇ ਐਸ ਆਈ ਬਲਵਿੰਦਰ ਪ੍ਰਗਟ ਸਿੰਘ ਉਹਨਾਂ ਨੇ ਫੋਨ ਜਿਹੜਾ ਰਿਸਿਵ ਕੀਤਾ ਤੇ ਉਹਨਾਂ ਨੇ ਹੁਣ ਇਹ ਕਿਹਾ ਵਾ ਕਿ ਪ੍ਰੈਸ ਦਾ ਫੋਨ ਜਾਣ ਤੋਂ ਬਾਅਦ ਕਿ ਅਸੀਂ ਇਹਨਾਂ ਦਾ ਸਵੇਰੀ ਮਸਲਾ ਹੱਲ ਕਰਾਂਗੇ ਇਹਨਾਂ ਨੂੰ ਸਵੇਰੀ ਸਾਡੇ ਕੋਲ ਭੇਜ ਦਿਓ ਤੇ ਉਸ ਤੋਂ ਪਹਿਲਾਂ ਲਗਭਗ ਅਸੀਂ ਡਿਊਟੀਆਂ ਵਗੈਰਾ 'ਚ ਬਿਜ਼ੀ ਰਹਿੰਦੇ ਆ ਜੀ ਇਸ ਕਰਕੇ ਸਾਡਾ ਇਸ ਮਸਲੇ ਵੱਲ ਕੋਈ ਧਿਆਨ ਨਹੀਂ ਸੀ ਸੋ ਦੋਸਤੋ ਹੁਣ ਇਹ ਦੇਖਣ ਵਿੱਚ ਆਏਗਾ ਕਿ ਕੱਲ ਇਸ ਵਿਸ਼ੇ ਦੇ ਉੱਪਰ ਕੀ ਅੱਗੇ ਕਾਰਵਾਈ ਹੁੰਦੀ ਆ ਲੋਹੀਆਂ ਖਾਸ ਤੋਂ ਪੱਤਰਕਾਰ ਅਮਰਪ੍ਰੀਤ ਸਿੰਘ ਦੀ ਅੰਬੇਦਕਰ ਮਿਸ਼ਨ న్యూਸ ਚੈਨਲ ਦੀ ਖਾਸ ਰਿਪੋਰਟ